ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ 'ਤੇ ਨਜ਼ਰ, ਖਬਰ 'ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ 408-272-2500, ਇਹਨਾਂ ਦਾ ਫੋਨ ਨੰਬਰ, ਹਰ ਇੱਕ ਤਰ੍ਹਾਂ ਦੇ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪਰਦੀ, ਕਲੋਬਰ ਸਤਨਾਮ ਸਿੰਘ ਸ਼ੇਰਗਿੱਲ ਸਰਮਾ, ਜਰਨੈਲ ਸਿੰਘ ਲਿਨਬੋਡ, ਰਣਵੀਰ ਸਿੰਘ ਰਾਣਾ ਵਿਕਰਸਫੀਲਡ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੱਧ ਪ੍ਰਦੇਸ਼ ਦੇ ਵਿੱਚ ਜੋ ਸਰਕਾਰ ਦਾ ਕਾਟੋ ਕਲੇਸ਼ ਆ, ਉਹ ਕਿੱਧਰ ਨੂੰ ਜਾ ਰਿਹਾ? ਇੱਥੇ ਚਲੋ ਕਿ ਮਿਨਟ ਮਿਨਟ ਦੇ ਉੱਤੇ ਸਾਰਾ ਕੁਛ ਜਿਹੜਾ ਜੀ ਉਹ ਬਦਲਿਆ। ਔਰ ਕੱਲ੍ਹ ਜਦੋਂ ਇਹ ਜਿਹੜੀਆਂ ਖਬਰਾਂ ਇੱਥੋਂ ਆਉਣੀਆਂ ਸ਼ੁਰੂ ਹੋਈਆਂ, ਤਾਂ ਇੱਕ ਤੋਂ ਬਾਅਦ ਇੱਕ ਜਿਹੜਾ ਸੀ ਉਹ ਝਟਕੇ ਕਾਂਗਰਸ ਨੂੰ ਲੱਗਣੇ ਸ਼ੁਰੂ ਹੋਏ। ਕਾਂਗਰਸ ਜਿਹੜੀ ਕਿ 14 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਝਟਕਿਆਂ ਦੇ ਵਿੱਚੋਂ ਉੱਭਰ ਨਹੀਂ ਰਹੀ, ਜਦੋਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਦੇ ਵਿੱਚ ਉਹਦੀਆਂ ਸਰਕਾਰਾਂ ਆਈਆਂ, ਤਾਂ ਉਦੋਂ ਕੁਛ ਇਹ ਸਮਝਿਆ ਗਿਆ ਵੀ ਇਹ ਹਿੰਦੀ ਬੈਲਟ ਦੇ ਉੱਤੇ ਕਾਂਗਰਸ ਦਾ ਕਬਜ਼ਾ ਹੋਣਾ ਜਿਹੜਾ ਜੀ ਉਹ ਇਸ ਪੁਆਇੰਟ ਆਫ ਵਿਊ ਦੇ ਨਾਲ ਦੇਖਿਆ ਗਿਆ ਕਿ ਸ਼ਾਇਦ ਕਾਂਗਰਸ ਬਿਹਤਰੀ ਵੱਲ ਨੂੰ ਵੱਧ ਰਹੀ ਹੈ। ਪਰ ਜਦੋਂ 17 ਦੇ ਵਿੱਚ ਜਿਹੜੀਆਂ ਹੋਈਆਂ ਜੀ, ਮਾਫ਼ ਕਰਨਾ, 19 ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ, ਉਹਦੇ ਵਿੱਚ ਫਿਰ ਮੁੱਦੇ ਮੂੰਹ ਕਾਂਗਰਸ ਡਿੱਗ ਪਈ ਉਹਨਾਂ ਰਾਜਾਂ ਦੇ ਵਿੱਚ ਵੀ ਜਿੱਥੇ ਉਹਨੇ ਸਰਕਾਰਾਂ ਬਣਾਈਆਂ ਸੀ। ਉਹਦਾ ਪ੍ਰਮੁੱਖ ਕਾਰਨ ਇਹ ਸੀਗਾ ਕਿ ਜਿਹੜਾ ਬਦਲਾਓ ਦਾ ਦੌਰ ਹੁੰਦਾ ਉਹਦੇ ਵਿੱਚੋਂ ਕਾਂਗਰਸ ਜਿਹੜੀ ਉਹ ਉਹਦੇ 'ਚ ਫਿੱਟ ਹੀ ਨਹੀਂ ਹੋ ਪਾ ਰਹੀ। ਜਿਹੜੀ ਬੁੱਢੀ ਲੀਡਰਸ਼ਿਪ ਹੈ ਉਹ ਨਵਿਆਂ ਨੂੰ ਮੂਹਰੇ ਨਹੀਂ ਆਉਣ ਦੇ ਰਹੀ। ਉਹ ਸੋਚਦੇ ਆ ਕਿ ਉਹਨਾਂ ਦਾ ਕਬਜ਼ਾ ਜਿਹੜਾ ਜੀ ਉਹ ਬਰਕਰਾਰ ਰਹਿਣਾ ਚਾਹੀਦਾ। ਦੂਜਾ, ਗਾਂਧੀ ਪਰਿਵਾਰ ਦੇ ਆਲੇ ਦੁਆਲੇ ਸਾਰਾ ਕੁਛ ਜਿਹੜਾ ਜੀ ਉਹ ਚੱਲ ਰਿਹਾ। ਜੇ ਰਾਹੁਲ ਗਾਂਧੀ ਹੋਰਾਂ ਨੇ ਅਸਤੀਫਾ ਦੇ ਦਿੱਤਾ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਨੂੰ ਲੈ ਕੇ, ਤੇ ਜਿਹੜੇ ਆਨਰੇਰੀ ਪ੍ਰਧਾਨ ਸੀਗੇ ਜੀ ਉਹ ਬਣਾ ਦਿੱਤਾ ਸੋਨੀਆ ਗਾਂਧੀ ਹੋਰਾਂ ਨੂੰ। ਜੇ ਹੁਣ ਸੋਨੀਆ ਗਾਂਧੀ ਹੋਰਾਂ ਤੋਂ ਬਾਅਦ ਪ੍ਰਧਾਨ ਕੌਣ ਹੋਵੇ, ਤਾਂ ਫਿਰ ਇਹ ਚੱਲੀ ਜਾਂਦਾ ਵੀ ਰਾਹੁਲ ਗਾਂਧੀ ਨੂੰ ਬਣਾ ਦਿਓ। ਕੁਛ ਇਹ ਕਹੀ ਜਾਂਦੇ ਆ ਨਹੀਂ ਨਹੀਂ ਪ੍ਰਿਅੰਕਾ ਗਾਂਧੀ ਵਾਡਰਾ ਜਿਹੜੀ ਜੀ ਉਹ ਬੈਟਰ ਹੋ ਸਕਦੀ ਹੈ, ਭਾਵ ਕਿ ਉੱਥੋਂ ਉਸ ਪਰਿਵਾਰ ਦੇ ਵਿੱਚੋਂ ਉਹ ਬਾਹਰ ਜਾਣ ਦੇ ਵਾਸਤੇ ਜਿਹੜਾ ਉਹ ਤਿਆਰ ਨਹੀਂ ਗੇ। ਜਿਹੜੀ ਨਵੀਂ ਪੌਦ ਸੀ ਜੀ ਉਹਨੂੰ ਨਹੀਂ ਪਨਪਣ ਦਿੱਤਾ ਗਿਆ। ਇਹ ਹਾਲਾਤ ਹੁਣੇ ਦਿੱਲੀ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਸਾਰੇ ਵੇਖ ਸੁਣ ਕੇ ਹਟੇ ਨੇ, ਜਿੱਥੇ ਸੀਐਮ ਫੇਸ ਤਾਂ ਛੱਡੋ, 6 ਸਾਲਾਂ ਦੇ ਵਿੱਚ ਉੱਥੇ ਫੇਸ ਹੀ ਨਹੀਂ ਲੱਭੇ ਜਿਹੜਾ ਜੀ। ਐਮ ਐਲ ਏ ਦੀ ਟਿਕਟ ਦੇਣ ਦੇ ਵਾਸਤੇ ਵੀ ਕਾਂਗਰਸ ਨੂੰ ਤਰਲੇ ਕਰਨੇ ਪਏ ਦਿੱਲੀ ਦੇ ਵਿੱਚ, ਔਰ ਕਾਂਗਰਸ 0 ਦੇ ਉੱਤੇ ਇੱਥੇ ਦਿੱਲੀ ਦੇ ਵਿੱਚ ਆਊਟ ਅਸੀਂ ਉਹ ਹੋ ਗਈ। ਜੇ ਮੱਧ ਪ੍ਰਦੇਸ਼ ਦੇ ਉੱਤੇ ਆਈਏ ਤਾਂ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਜੋਤਾਰਾਦਿੱਤਯ ਸਿੰਧੀਆ ਹੈ ਉਹਦੀ ਜਿਹੜੀ ਬਾਗੀ ਸੁਰਾਂ ਸੀਗੀਆਂ ਜੀ, ਉਹ ਜਦੋਂ ਚੋਣਾਂ ਹੋਈਆਂ ਇੱਥੇ ਵਿਧਾਨ ਸਭਾ ਦੀਆਂ, ਉਹਨੂੰ ਵਾਅਦਾ ਇਹ ਕੀਤਾ ਗਿਆ ਸੀਗਾ ਕਿ ਉਹਨੂੰ ਮੁੱਖ ਮੰਤਰੀ ਬਣਾਇਆ ਜਾਊਗਾ। ਦੋ ਬੰਦੇ ਜਿਹੜਾ ਇਹ ਕਾਂਗਰਸ ਦਾ ਭਵਿੱਖ ਕਹੀ ਜਾਂਦੇ ਸੀ, ਇੱਕ ਸਿੰਧੀਆ ਤੇ ਇੱਕ ਰਾਜੇਸ਼ ਪਾਇਲਟ ਜਿਹੜਾ ਕਿ ਰਾਜਸਥਾਨ ਵਾਲੀ ਸਾਈਡ ਤੋਂ ਆ, ਇਹਨਾਂ ਨੂੰ ਜੀ। ਔਰ ਸਿੰਧੀਆ ਨੂੰ ਜਦੋਂ ਇੱਥੇ ਜਿਹੜਾ ਜੀ ਉਹ ਮੁੱਖ ਮੰਤਰੀ ਨਾ ਬਣਾਇਆ ਗਿਆ, ਕਮਲਨਾਥ ਉਹੀ ਬੁੱਢੀ ਲੀਡਰਸ਼ਿਪ ਜਿਹੜੀ ਜੀ ਉਹ ਮੂਹਰੇ ਲਾ ਦਿੱਤੀ ਗਈ, ਸਿੰਧੀਆ ਨੂੰ ਅੰਦਰ ਵਾੜ ਕੇ ਸਮਝਾ ਲਿਆ ਗਿਆ, ਉਹਨੂੰ ਸ਼ਾਇਦ ਕਿਤੇ ਇਹ ਲਾਰਾ ਜਿਹੜਾ ਜੀ ਦਿੱਤਾ ਗਿਆ ਕਿ ਹੋਰ ਨਹੀਂ ਤਾਂ ਪ੍ਰਦੇਸ਼ ਕਾਂਗਰਸ ਦਾ ਤੈਨੂੰ ਪ੍ਰਧਾਨ ਬਣਾਵਾਂਗੇ। ਹਾਈ ਕਮਾਂਡ ਕੋਈ ਫੈਸਲਾ ਨਾ ਲੈ ਸਕੀ। ਕੁਛ ਮਹੀਨੇ ਪਹਿਲਾਂ ਸਿੰਧੀਆ ਨੇ ਆਪਣੇ ਟਵਿੱਟਰ ਹੈਂਡਲਰ ਤੋਂ ਕਾਂਗਰਸ ਦਾ ਨਾਂ ਵੀ ਲਾਂਭੇ ਕਰਤਾ। ਇਹ ਕਿਹਾ ਕਿ ਉਹ ਤਾਂ ਮਹਿਜ਼ ਲੋਕਾਂ ਦੇ ਵਾਸਤੇ ਕੰਮ ਜਿਹੜਾ ਜੀ ਉਹ ਕਰਨਾ ਚਾਹੁੰਦੇ ਨੇ। ਜਦੋਂ ਪਿਛਲੇ ਕਈ ਦਿਨਾਂ ਤੋਂ ਇਹ ਊਠਾ ਪਟਕ ਸ਼ੁਰੂ ਹੋਈ ਤੇ ਕਾਂਗਰਸ ਹਾਈ ਕਮਾਂਡ ਨੂੰ ਉਦੋਂ ਵੀ ਸਮਝ ਨਾ ਆਈ ਕਿ ਇਹ ਕੀ ਸਾਰਾ ਕੁਛ ਜਿਹੜਾ ਜੀ ਉਹ ਹੋ ਰਿਹਾ। ਔਰ 12:10 ਤੇ ਸਿੰਧੀਆ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫੇ ਦੀ ਚਿੱਠੀ ਟਵੀਟ ਕਰਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਇਹ ਚਿੱਠੀ 9 ਮਾਰਚ ਦੀ ਲਿਖੀ ਹੋਈ ਆ। 20 ਮਿੰਟਾਂ ਤੋਂ ਬਾਅਦ ਕਾਂਗਰਸ ਨੇ ਸਿੰਧੀਆ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ। 5 ਮਿੰਟਾਂ ਬਾਅਦ 12:35 ਦੇ ਉੱਤੇ ਸਿੰਧੀਆ ਦੇ ਸਮਰਥਕ 19 ਵਿਧਾਇਕਾਂ ਨੇ ਹੱਥ ਦੇ ਨਾਲ ਲਿਖਿਆ ਹੋਇਆ ਅਸਤੀਫਾ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ। ਔਰ ਸ਼ਾਮ ਕਰੀਬ 6:45 ਇਹਦੇ ਅਸਤੀਫੇ ਨੂੰ ਲੈ ਕੇ ਭਾਜਪਾ ਦੇ ਗੋਪਾਲ ਭਾਰਗਵ ਤੇ ਭੁਪਿੰਦਰ ਸਿੰਘ ਸਣੇ ਕੁਛ ਨੇਤਾ ਜਿਹੜੇ ਸੀਗੇ ਜੀ ਉਹ ਸਪੀਕਰ ਦੇ ਕੋਲੇ ਜਿਹੜਾ ਉਹ ਪਹੁੰਚ ਗਏ। ਦੁਪਹਿਰ 2:00 ਸ਼ਿਵਰਾਜ ਚੌਹਾਨ ਮੀਡੀਆ ਦੇ ਸਾਹਮਣੇ, ਸਾਬਕਾ ਮੁੱਖ ਮੰਤਰੀ, ਉਹਦੇ ਨਾਲ ਮੌਜੂਦ ਸੀ ਕਾਂਗਰਸ ਦੇ 20ਵੇਂ ਵਿਧਾਇਕ ਵਿਸਾਹੂ ਲਾਲ ਸਿੰਘ।
ਵਿਸਾਹੂ ਲਾਲ ਸਿੰਘ ਨੇ ਵੀ ਆਪਣੇ ਅਸਤੀਫੇ ਦੀ ਗੱਲ ਜਿਹੜੀ ਦੀ ਕਹਿਤੀ, ਇਹ ਵੀ ਕਹਿਤਾ ਕਿ ਇਹ ਸਾਰੇ ਵਿਧਾਇਕ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਵਾਲੇ ਆ। ਸ਼ਿਵਰਾਜ ਚੌਹਾਨ ਨੇ ਉੱਥੇ ਇਹ ਵੀ ਪ੍ਰੈਸ ਨੂੰ ਕਹਿਤਾ ਕਿ ਅਜੇ ਅਗਲਾ ਵੇਖਿਓ, ਕਾਂਗਰਸੀ ਵਿਧਾਇਕ ਇੰਦਲ ਸਿੰਘ ਕਸਾਨਾ, ਉਹ ਵੀ ਜਿਹੜੀ ਆ ਜੀ ਉਹ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਵਾਲੇ ਆ। 4:15 ਗੱਲ ਸੱਚੀ ਹੋ ਗਈ। ਇੰਦਲ ਸਿੰਘ ਕਸਾਨਾ ਜਿਹੜੇ ਸੀਗੇ ਜੀ, ਉਹ 4:25 ਦੇ ਉੱਤੇ ਉਹਨਾਂ ਵੀ ਆਪਣਾ ਅਸਤੀਫਾ ਦੇ ਦਿੱਤਾ। ਕੁੱਲ 22 ਅਸਤੀਫੇ ਜਿਹੜੇ ਜੀ ਉਹ ਹੋ ਗਏ। ਪਹਿਲਾਂ ਇਹ ਲਾਇਆ ਜਾ ਰਿਹਾ ਸੀਗਾ ਕਿ ਜਿਹੜੇ ਸਿੰਧੀਆ ਨੇ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਦਫ਼ਤਰ ਦੇ ਵਿੱਚ ਇੱਕ ਮੀਟਿੰਗ ਰੱਖੀ ਜਿਹਦੇ 'ਚ ਪ੍ਰਧਾਨ ਮੰਤਰੀ ਵੀ ਸ਼ਾਮਿਲ ਹੋਏ, ਕਿ ਇੱਥੇ ਆ ਕੇ ਸਿੰਧੀਆ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਸਕਦੇ ਆ। ਉਹ ਉੱਥੇ ਨਹੀਂ ਆਏ। ਖ਼ਬਰਾਂ ਜਿਹੜੀਆਂ ਜੀ ਇਹ ਆਈਆਂ ਕਿ 12 ਤਰੀਕ ਨੂੰ ਸਿੰਧੀਆ ਆਪਣੇ ਨਾਲ ਸਾਰੇ ਵਿਧਾਇਕਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਜਾਣਗੇ। ਹੁਣ ਜੇ ਮੌਜੂਦਾ ਸਥਿਤੀ ਦੀ ਆਪਾਂ ਗੱਲ ਕਰੀਏ ਤਾਂ ਕੁੱਲ 230 ਸੀਟਾਂ ਨੇ ਮੱਧ ਪ੍ਰਦੇਸ਼ ਦੇ ਵਿੱਚ, 2 ਸੀਟਾਂ ਖਾਲੀ ਨੇ ਜਿਹੜੀਆਂ ਪਹਿਲਾਂ ਤੋਂ ਖਾਲੀ ਨੇ, ਤੇ ਬੱਚੀਆਂ ਦੀ 228। 22 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ, 200 ਅਸਤੀਫੇ ਜਾਂਦੇ ਆ। ਜਦੋਂ 206 ਰਹਿ ਜਾਂਦੀਆਂ ਨੇ ਤੇ ਫਿਰ ਬਹੁਮਤ ਦੇ ਵਾਸਤੇ ਗਿਣਤੀ ਜਿਹੜੀ ਉਹ 104 ਹੋ ਜਾਂਦੀ ਹੈ। ਭਾਰਤੀ ਜਨਤਾ ਪਾਰਟੀ ਦੇ ਕੋਲੇ 107 ਜਿਹੜੀਆਂ ਸੀਟਾਂ ਹੋ ਜਾਂਦੀਆਂ ਨੇ, ਜਦੋਂ ਇਹ ਜਿਹੜੇ ਕਾਂਗਰਸ ਵਾਲੇ ਆ ਉਹ ਮਨਫੀ ਕਰ ਦਿੱਤੇ ਜਾਂਦੇ ਆ, ਕਿਉਂਕਿ ਉਹ ਜੇ ਆ ਨਹੀਂ ਸਕਦੇ ਉਹ ਅਸਤੀਫਾ ਦੇਣਗੇ, ਉਹਨਾਂ ਦੇ ਉੱਤੇ ਬਾਈ ਇਲੈਕਸ਼ਨ ਜਿਹੜੀ ਹੈ ਜੀ ਉਹ ਦੁਬਾਰਾ ਹੋ ਸਕਦੀ ਹੈ। ਇਹ ਹੈ ਉਹ ਮੌਜੂਦਾ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਜਿਹੜਾ ਜੀ ਉਹ ਕਰੂਗੀ। ਕਾਂਗਰਸ ਦੇ ਕੋਲੇ 99 ਰਹਿ ਜਾਂਦੀਆਂ ਨੇ, ਉਹ 92 ਕਾਂਗਰਸ ਦੀਆਂ ਨੇ ਵਿੱਚ, ਬਸਪਾ ਦੀਆਂ 2, ਸਪਾ ਦੀ 1 ਤੇ ਜਿਹੜੀਆਂ ਆਜ਼ਾਦ ਨੇ ਉਹ 4। ਜੇ ਇਹ ਨਹੀਂ ਟੁੱਟਦੇ ਬਸਪਾ ਸਪਾ ਵਾਲੇ ਤਾਂ 99 ਜਿਹੜੀਆਂ ਉਹ ਕੁੱਲ ਹੁੰਦੀਆਂ ਨੇ ਕਾਂਗਰਸ ਦੇ ਸਹਿਯੋਗੀਆਂ ਦੀਆਂ। ਆਜ਼ਾਦ ਦਾ ਲੱਗਦਾ ਨਹੀਂ ਕਿ ਉਹ ਇਹਨਾਂ ਦੇ ਨਾਲ ਜਿਹੜਾ ਦੀ ਉਹ ਟਿਕਣਗੇ, ਉਹ ਅਜੇ ਇਹ ਵੀ ਦੇਖਣਗੇ ਕਿ ਕਿੱਧਰ ਨੂੰ ਜਾਂਦਾ। ਨਹੀਂ ਵੀ ਆਜ਼ਾਦ ਆਉਂਦੇ ਤੇ ਤਾਂ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਜੀ ਉਹ ਬਣਦੀ ਹੈ। ਕਾਂਗਰਸ ਦਾ ਪੈਂਤੜਾ ਕੀ ਹੋਊਗਾ ਇਹਦੇ ਉੱਤੇ ਵੀ ਨਿਰਭਰ ਹੈ। ਕਾਂਗਰਸ ਦਾ ਜਿਹੜਾ ਪੈਂਤੜਾ ਹੈ ਉਹ ਬਾਕੀ ਜਿਹੜੇ ਉਹਦੇ ਰਹਿੰਦੇ ਵਿਧਾਇਕ ਹੈ ਉਹਨਾਂ ਦੇ ਅਸਤੀਫੇ ਵੀ ਦਵਾਏ ਜਾ ਸਕਦੇ ਆ। ਜੇ ਅਸਤੀਫੇ ਦਵਾਉਂਦੇ ਆ ਤੇ ਲੋਕ ਸਭਾ ਸਪੀਕਰ ਦੇ ਉੱਤੇ ਜਿਹੜਾ ਦੀ ਉਹ ਨਿਰਭਰ ਕਰੂਗਾ, ਉਹ ਬਾਈ ਇਲੈਕਸ਼ਨ ਜਿਹੜੀ ਦੀ ਉਹ ਇਹਨਾਂ ਸੀਟਾਂ ਦੇ ਉੱਤੇ ਕਰਾਉਂਦੇ ਆ ਜਾਂ ਸਾਰੇ ਜਿਹੜਾ ਦੀ ਉਹ ਜਿਹੜਾ ਭੰਗ ਕਰਕੇ ਵਿਧਾਨ ਸਭਾ ਤੇ ਸਾਰੇ ਜਿਹੜੀ ਆ ਜੀ ਉਹ ਇਲੈਕਸ਼ਨ ਕਰਾਉਂਦੇ ਆ ਇਹ ਸਪੀਕਰ ਦੇ ਉੱਤੇ ਆ। ਸਪੀਕਰ ਸ਼ਾਇਦ ਇਸ ਤਰ੍ਹਾਂ ਕਰੂਗਾ ਨਹੀਂ, ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਦੀ ਗੱਲ ਜਿਹੜੀ ਆ ਜੀ ਉਹ ਕਰੂਗਾ ਜਿਹੋ ਜਿਹੇ ਹਾਲਾਤ ਜਿਹੜੇ ਉਹ ਬਣੇ ਹੋਏ ਆ। ਸਵਾਲ ਇਹ ਵੀ ਆ ਰਿਹਾ ਕਿ ਜੇ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਂਦੀ ਤੇ ਉੱਥੇ ਮੁੱਖ ਮੰਤਰੀ ਕੌਣ ਹੋਊਗਾ? ਸਿੰਧੀਆ ਨੂੰ ਰਾਜ ਸਭਾ ਤੋਂ ਲਿਆ ਕੇ ਇੱਥੇ ਸੈਂਟਰ ਦੇ ਵਿੱਚ ਵਜ਼ੀਰ ਬਣਾਇਆ ਜਾ ਸਕਦਾ, ਇਹ ਵੀ ਖਬਰਾਂ ਚੱਲ ਰਹੀਆਂ ਨੇ। ਦੂਜੇ ਪਾਸੇ ਇਹ ਵੀ ਜਿਹੜਾ ਜੀ ਉਹ ਚੱਲ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਇੱਥੇ ਇੱਕ ਵੱਡਾ ਦਾਅ ਵੀ ਖੇਡ ਸਕਦੀ ਆ, ਉਹ ਸਿੰਧੀਆ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਵੀ ਜਿਹੜਾ ਜੀ ਉਹ ਬਣਾ ਸਕਦੀ ਆ। ਸ਼ਿਵਰਾਜ ਚੌਹਾਨ ਹੋਰਾਂ ਨੂੰ ਉਹ ਰਾਜ ਸਭਾ ਦੇ ਵਿੱਚ ਲਿਆ ਕੇ ਇੱਥੇ ਮਿਨਿਸਟਰੀ ਜਿਹੜੀ ਆ ਜੀ ਉਹ ਦੇ ਕੇ ਬਹੁਤੇ ਪੱਤੇ ਜਿਹੜੇ ਆ ਜੀ ਉਹ ਅਗਲੇ 1-2 ਦਿਨਾਂ ਦੇ ਤੱਕ ਜਿਹੜੇ ਜੀ ਉਹ ਖੁੱਲ ਸਕਦੇ ਆ। ਪਰ ਜੋ ਕੁਛ ਮੱਧ ਪ੍ਰਦੇਸ਼ ਦੇ ਵਿੱਚ ਹੋਇਆ ਜੀ ਉਹਨੇ ਤੁਸੀਂ ਇਹ ਕਹਿ ਲਓ ਕਿ ਕਾਂਗਰਸ ਦੀਆਂ ਰਹਿੰਦੀਆਂ ਖੁੰਦੀਆਂ ਜੜ੍ਹਾਂ ਜਿਹੜੀਆਂ ਜੀ ਉਹ ਹਿਲਾ ਕੇ ਰੱਖ ਦੀ। ਬਿਲਕੁਲ ਜੀ, ਰਾਜਨੀਤੀ ਵਾਹਵਾ ਕਹਿੰਦੇ ਹੁੰਦੇ ਸੀ ਗੰਦੀ ਆ, ਪਰ ਦੇਖ ਜ਼ਰੂਰ ਲਈ ਆ ਕਿੰਨੀ ਗੰਦੀ ਆ। ਅਤੇ ਅੱਗੇ ਮੱਧ ਪ੍ਰਦੇਸ਼ ਦੀ ਹੁਣ ਆਪਾਂ ਇੰਨੀ ਗੱਲ ਕੀਤੀ ਆ ਅਤੇ ਉਸ ਤੋਂ ਬਾਅਦ ਜਿਹੜਾ ਕਾਂਗਰਸ ਪਾਰਟੀ ਦੀ ਸਥਿਤੀ ਰਾਜਸਥਾਨ, ਪੰਜਾਬ ਤੇ ਮਹਾਰਾਸ਼ਟਰ ਦੇ ਵਿੱਚ ਵੀ ਉਥਲ ਪੁਥਲ ਹੋ ਸਕਦੀ? ਬਿਲਕੁਲ ਜੀ, ਐਕਚੁਲੀ ਜਿਹੜੀ ਸਭ ਤੋਂ ਵੱਡੀ ਸੰਭਾਵਨਾ ਇਸ ਵੇਲੇ ਪਹਿਲਾਂ ਸਭ ਤੋਂ ਲੱਗ ਰਹੀ ਹੈ ਜੀ ਉਹ ਰਾਜਸਥਾਨ ਦੀ ਲੱਗ ਰਹੀ ਹੈ, ਕਿਉਂਕਿ ਇੱਥੇ ਜਿਹੜਾ ਸਚਿਨ ਪਾਇਲਟ ਹੈ ਜੀ ਉਹ ਕਿਸੇ ਸਮੇਂ ਵੀ ਜਿਹੜਾ ਜੀ ਇਸੇ ਤਰੀਕੇ ਦੇ ਨਾਲ ਇਹ ਤਰੀਕਾ ਅਪਣਾ ਸਕਦਾ। ਜਿਹੜੀ ਹਾਈ ਕਮਾਂਡ ਆ ਕਾਂਗਰਸ ਦੀ ਉਹ ਕੋਈ ਫੈਸਲਾ ਜਿਹੜਾ ਜੀ ਉਹ ਲੈ ਨਹੀਂ ਪਾ ਰਹੀ। ਉਹ ਅਸਲ ਦੇ ਵਿੱਚ 19 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਹੋਈ ਵੱਡੀ ਹਾਰ ਤੋਂ ਬਾਅਦ ਜਿਹੜਾ ਜੀ ਉਹ ਅਜੇ ਤੱਕ ਉੱਠੀ ਨਹੀਂ ਜਿਹੜਾ ਜੀ ਸਕੀ। ਤੁਸੀਂ ਕਹਿ ਲਓ ਕਿ ਹਾਰ ਅਜੇ ਵੀ ਉਹਨੂੰ ਬਰਦਾਸ਼ਤ ਨਹੀਂ ਜਿਹੜੀ ਉਹ ਹੋ ਰਹੀ। ਜਿਹੜਾ ਸਚਿਨ ਪਾਇਲਟ ਆ ਜੀ ਉਹਨੇ ਵੀ ਸਿੰਧੀਆ ਦੇ ਵਾਂਗੂ, ਜਿਵੇਂ ਸਿੰਧੀਆ ਨੇ ਮੱਧ ਪ੍ਰਦੇਸ਼ ਦੇ ਵਿੱਚ ਮਿਹਨਤ ਕੀਤੀ, ਪਾਇਲਟ ਨੇ ਰਾਜਸਥਾਨ ਦੇ ਵਿੱਚ ਮਿਹਨਤ ਕੀਤੀ ਸੀ, ਪਾਇਲਟ ਨੂੰ ਵੀ ਉੱਥੋਂ ਦਾ ਮੁੱਖ ਮੰਤਰੀ ਬਣਾਉਣ ਦੀ ਗੱਲ ਕਾਂਗਰਸ ਨੇ ਆਖੀ ਸੀ, ਪਰ ਉੱਥੇ ਜਿਹੜਾ ਜੀ ਉਹ ਅਸ਼ੋਕ ਗਹਿਲੋਤ ਜਿਹੜੇ ਸੀਗੇ ਜੀ ਉਹ ਕਾਬਜ ਹੋ ਗਏ। ਜਿਹੜੀਆਂ ਗੋਟੀਆਂ ਖੇਡ ਕੇ ਉਹੀ ਬੁੱਢੀ ਲੀਡਰਸ਼ਿਪ ਜਿਹੜੀ ਸੀ ਜੀ ਉਹਨੇ ਚੱਲਣ ਨਹੀਂ ਦਿੱਤੀ ਨਵਿਆਂ ਦੀ। ਇਹ ਦੋ ਵਿਅਕਤੀ ਜਿਵੇਂ ਪਹਿਲਾਂ ਵੀ ਦੱਸਿਆ ਕਿ ਸਿੰਧੀਆ ਤੇ ਪਾਇਲਟ ਜਿਹੜੇ ਨੇ ਉਹ ਰਾਹੁਲ ਗਾਂਧੀ ਦੇ ਖਾਸਮ ਖਾਸ ਜਿਹੜੇ ਆ ਜੀ ਉਹ ਕਹੇ ਜਾਂਦੇ ਆ। ਰਾਜਸਥਾਨ ਤੋਂ ਰਾਜ ਸਭਾ ਦੀਆਂ 3 ਸੀਟਾਂ ਦੇ ਵਾਸਤੇ 26 ਮਾਰਚ ਨੂੰ ਚੋਣ ਹੋਣੀ ਆ।
ਮੌਜੂਦਾ ਵਿਧਾਇਕ ਨੰਬਰਾਂ ਦੇ ਆਧਾਰ ਦੇ ਉੱਤੇ 2 ਸੀਟਾਂ ਕਾਂਗਰਸ ਦੇ ਖਾਤੇ ਦੇ ਵਿੱਚ ਜਾਣੀਆਂ ਨੇ ਤੇ ਪਾਰਟੀ ਨੂੰ ਅਗਲੇ 2 ਦਿਨਾਂ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਫੈਸਲਾ ਕਰਨਾ ਪੈਣਾ ਕਿਉਂਕਿ ਨਾਮਜ਼ਦਗੀਆਂ 13 ਮਾਰਚ ਤੱਕ ਹੋਣੀਆਂ ਨੇ। ਇਹਦੇ ਵਾਸਤੇ ਰਾਜਨੀਤਿਕ ਜੋੜ ਤੋੜ ਜਿਹੜੇ ਦੀ ਉਹ ਸ਼ੁਰੂ ਹੋ ਗਏ ਆ। ਰਾਜਨੀਤਿਕ ਗਲਿਆਰਿਆਂ ਦੇ ਵਿੱਚ ਤਾਰਕ ਅਨਵਰ ਤੋਂ ਲੈ ਕੇ ਰਾਜੀਵ ਅਰੋੜਾ ਤੇ ਭੰਵਰ ਜਤਿੰਦਰ ਸਿੰਘ ਤੋਂ ਲੈ ਕੇ ਗੌਰਵ ਵੱਲਭ ਤੱਕ ਦੇ ਨਾਮ ਜਿਹੜੇ ਉਹ ਚਰਚਿਤ ਨੇ, ਜਿਹਨਾਂ ਨਾਵਾਂ ਦੇ ਉੱਤੇ ਮੋਹਰ ਜਿਹੜੀ ਉਹ ਲੱਗਣੀ ਆ। ਰਿਪੋਰਟਾਂ ਦੇ ਅਨੁਸਾਰ ਤਾਰਕ ਅਨਵਰ ਨੂੰ ਰਾਜਸਥਾਨ ਤੋਂ ਰਾਜ ਸਭਾ ਦੇ ਵਿੱਚ ਭੇਜਿਆ ਜਾ ਸਕਦਾ ਹੈ। ਤਾਰਕ ਅਨਵਰ 5 ਵਾਰ ਤੇ 2 ਵਾਰੀ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਨੇ। ਇੱਕ ਹੋਰ ਵੱਡਾ ਨਾਮ ਹੈ ਜੀ ਰਾਜੀਵ ਅਰੋੜਾ। ਇਹ ਕਿਹਾ ਜਾਂਦਾ ਕਿ ਪਾਇਲਟ ਕੈਂਪ ਉਹਨਾਂ ਦੇ ਨਾਮ ਦੇ ਨਾਲ ਖੁਸ਼ ਨਹੀਂ ਹੈ। ਪਾਰਟੀ ਦੇ ਅਨੁਸਾਰ ਪਾਇਲਟ ਨੇ ਦਿੱਲੀ 'ਚ ਸੀਨੀਅਰ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਆਪਣੀ ਨਾਰਾਜ਼ਗੀ ਦੇ ਬਾਰੇ ਜਾਣੂ ਜਿਹੜਾ ਦੀ ਉਹ ਕਰਵਾ ਦਿੱਤਾ। ਗਹਿਲੋਤ ਦੇ ਨਜ਼ਦੀਕੀ ਮੰਨੇ ਜਾਂਦੇ ਅਰੋੜਾ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਰਹੇ ਆ। ਉਹ ਸੂਬੇ 'ਚ ਪਾਰਟੀ ਦੇ ਉਪ ਪ੍ਰਧਾਨ ਤੇ ਸੈਰ ਸਪਾਟਾ ਵਿਕਾਸ ਨਿਗਮ ਦੇ ਚੇਅਰਮੈਨ ਜਿਹੜੇ ਆ ਜੀ ਉਹ ਰਹੇ ਆ। ਜਿਹੜੇ ਰਾਜਸਥਾਨ ਦੇ ਆਗੂ ਨੇ ਕਾਂਗਰਸ ਦੇ, ਉਹ ਉਮੀਦਵਾਰਾਂ ਬਾਰੇ ਖੁੱਲ੍ਹ ਕੇ ਅਜੇ ਕੁਛ ਵੀ ਜਿਹੜਾ ਜੀ ਉਹ ਨਹੀਂ ਕਹਿ ਰਹੇ। ਮੁੱਖ ਮੰਤਰੀ ਗਹਿਲੋਤ ਨੇ ਆਪਣੇ ਨਾਮ ਦਾ ਫੈਸਲਾ ਕਰਨ ਲਈ ਹਫ਼ਤੇ ਦੇ ਅੰਤ 'ਚ ਨਵੀਂ ਦਿੱਲੀ ਦੇ ਵਿੱਚ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਜਿਹੜੀ ਜੀ ਉਹ ਕੀਤੀ ਹੈ। ਰਾਜਸਥਾਨ ਦੇ ਵਿੱਚ ਰਾਜ ਸਭਾ ਦੀਆਂ ਕੁੱਲ 10 ਸੀਟਾਂ, 9 ਸੀਟਾਂ ਭਾਜਪਾ ਦੇ ਕੋਲ ਆ, 1 ਕਾਂਗਰਸ ਦੇ ਕੋਲ ਆ। ਕਾਂਗਰਸ ਨੇ ਪਿਛਲੇ ਸਾਲ ਅਗਸਤ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਰਾਜ ਸਭਾ ਦੇ ਵਾਸਤੇ ਚੁਣਿਆ ਸੀ। ਭਾਜਪਾ ਦੇ 3 ਰਾਜ ਸਭਾ ਮੈਂਬਰ ਵਿਜੇ ਗੋਇਲ, ਨਾਰਾਇਣ ਪੰਚਾਰੀਆ ਤੇ ਰਾਮ ਨਾਰਾਇਣ ਡੂਡੀ ਦਾ ਕਾਰਜਕਾਲ 9 ਅਪ੍ਰੈਲ ਨੂੰ ਪੂਰਾ ਜਿਹੜਾ ਡਿਊ ਹੋ ਰਿਹਾ। ਰਾਜ ਵਿਧਾਨ ਸਭਾ ਦੇ ਵਿੱਚ ਬਦਲੀ ਤਾਕਤ ਦੇ ਅਨੁਸਾਰ ਕਾਂਗਰਸ ਨੂੰ 2 ਸੀਟਾਂ ਮਿਲਣ ਦਾ ਪ੍ਰੋਗਰਾਮ ਹੈ। ਭਾਜਪਾ ਨੇ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਅਜੇ ਤੱਕ ਨਹੀਂ ਕੀਤਾ। ਰਾਜ ਵਿਧਾਨ ਸਭਾ ਦੇ ਕੁੱਲ 200 ਵਿਧਾਇਕਾਂ 'ਚੋਂ ਕਾਂਗਰਸ ਦੇ 107 ਵਿਧਾਇਕ ਹੈ, ਭਾਜਪਾ ਦੇ ਕੋਲੇ 72 ਜਿਹੜੇ ਜੀ ਉਹ ਹੈ। ਇਹ ਜਿਹੜਾ ਜੋੜ ਤੋੜ ਹੈ ਮਾਮਲੇ ਦੇ ਵਿੱਚ ਜਿਹੜਾ ਜੀ ਸਚਿਨ ਪਾਇਲਟ ਹੈ ਉਹ ਕੋਈ ਵੱਡਾ ਦਾਅ ਖੇਡ ਸਕਦਾ ਹੈ ਜੇ ਉਹਦੇ ਬੰਦਿਆਂ ਨੂੰ ਜਿਹੜਾ ਜੀ ਇੱਥੇ ਨਹੀਂ ਜਿਹੜਾ ਜੀ ਰਾਜ ਸਭਾ ਦੇ ਵਾਸਤੇ ਦਿੱਤੀ ਗਈ। ਹੁਣ ਪ੍ਰੋਬਲਮ ਇਹ ਹੈ ਕਿ ਗਹਿਲੋਤ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਉਹ ਸੀਟ ਦੇ ਨਾਲ ਚੰਬੜਿਆ ਰਹੂਗਾ ਆਪਣੇ ਮੁੱਖ ਮੰਤਰੀ ਦੇ ਤੇ ਬਾਕੀਆਂ ਦੇ। ਤੇ ਇਹ ਜੋ ਕੁਛ ਮੱਧ ਪ੍ਰਦੇਸ਼ ਦੇ ਵਿੱਚ ਹੋਇਆ ਕਾਂਗਰਸ ਦੇ ਨਾਲ ਜਿਹੜਾ ਜੀ ਉਹ ਰਾਜਸਥਾਨ ਦੇ ਵਿੱਚ ਵੀ ਹੋ ਸਕਦਾ। ਅਗਲਾ ਨੰਬਰ ਜਿਹੜਾ ਜੀ ਉਹ ਮਹਾਰਾਸ਼ਟਰ ਦਾ ਹੋ ਸਕਦਾ। ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਨੇ ਸਰਕਾਰ ਬਣਾਈ ਹੈ ਕਾਂਗਰਸ ਤੇ NCP ਦੇ ਨਾਲ ਜਿਹੜਾ ਜੀ ਉਹ ਮਿਲ ਕੇ। ਇੱਥੇ ਵੀ ਜਿਹੜੇ ਕਾਂਗਰਸ ਦੇ ਵਿਧਾਇਕ ਆ ਜੀ ਉਹ ਬਹੁਤੇ ਖੁਸ਼ ਨਹੀਂ ਜਾਪਦੇ ਕਿਉਂਕਿ ਗੱਲ ਗੱਠਜੋੜ ਦੀ ਆ, ਮੇਨ ਪਾਰਟੀ ਸ਼ਿਵ ਸੈਨਾ ਹੈ, ਉਹ ਸਾਰੇ ਜਿਹੜੇ ਆ ਜੀ ਉਹ ਮੰਤਰਾਲਾ ਭਾਲਦੇ ਆ। ਉੱਥੇ ਵੀ ਇਹ ਹਾਲਾਤ ਜਿਹੜੇ ਜੀ ਉਹ ਬਣ ਸਕਦੇ ਆ। ਅਗਲਾ ਨੰਬਰ ਆਉਂਦਾ ਜੀ ਪੰਜਾਬ ਦਾ। ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨੇ ਸਟਾਰ ਪ੍ਰਚਾਰਕ ਦੇ ਵਜੋਂ ਵਰਤਿਆ। ਇੱਥੋਂ ਤੱਕ ਵਰਤਿਆ ਕਿ ਜਦੋਂ ਕਰਤਾਰਪੁਰ ਦੇ ਲਾਂਘੇ ਦਾ ਉਦਘਾਟਨ ਹੋਣਾ ਸੀਗਾ ਉਹਨੂੰ ਵਿਸ਼ੇਸ਼ ਜਹਾਜ਼ ਦਿੱਤਾ ਦੂਜੇ ਸੂਬਿਆਂ ਦੇ ਵਿੱਚੋਂ ਅੰਮ੍ਰਿਤਸਰ ਆਉਣ ਦੇ ਵਾਸਤੇ ਤੇ ਅੰਮ੍ਰਿਤਸਰ ਤੋਂ ਮੁੜ ਕੇ ਵਾਪਸ ਜਿਹੜਾ ਜੀ ਉਹ ਜਾਣ ਦੇ ਵਾਸਤੇ। ਮਤਲਬ ਕਿ ਉਹਦੀ ਇੰਨੀ ਅਹਿਮੀਅਤ ਸੀ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੱਖਣ 'ਚੋਂ ਵਾਲ ਕੱਢੀ ਦਾ ਇੱਦਾਂ ਬਾਹਰ ਕੱਢ ਕੇ ਰੱਖਤਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ। ਕਾਂਗਰਸ ਹਾਈ ਕਮਾਂਡ ਅਜੇ ਤੱਕ ਇਹ ਫੈਸਲਾ ਨਹੀਂ ਲੈ ਸਕੀ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਲੋੜੀਂਦਾ ਜਾਂ ਨਹੀਂ, ਭਾਵ ਕਿ ਉਹਦੀ ਕੀ ਜਿਹੜੀ ਆਦੀ ਉਹ ਲੋੜ ਹੈ, ਲੋੜ ਹੈ ਵੀ ਜਾਂ ਨਹੀਂ। ਜੇ ਇਹ ਜਿਹੜੀ ਆਦੀ ਉਹ ਹਾਈ ਕਮਾਂਡ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਜਿਹੜੀ ਫੋਟੋਆਂ ਜ਼ਰੂਰ ਜਾਰੀ ਕੀਤੀਆਂ ਸੀਗੀਆਂ, ਇਹ ਕਿਹਾ ਸੀਗਾ ਕਿ ਉਹ ਰੋਡ ਮੈਪ ਜਿਹੜਾ ਦੀ ਉਹ ਦੇ ਆਏ ਆ, ਉਹ ਰੋਡ ਮੈਪ ਵੀ ਸੁੰਨ ਹੋ ਗਿਆ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਤਰ੍ਹਾਂ, ਕਿਉਂਕਿ ਉਹ ਅੰਦਰ ਵੜ ਕੇ ਫਿਰ ਜਿਹੜਾ ਦੀ ਉਹ ਮੌਨ ਧਾਰ ਗਏ। ਹੁਣ ਸਵਾਲ ਇਹ ਆ ਕਿ ਜੇ ਜਿਹੜਾ ਦੀ ਇੱਥੇ ਕਾਂਗਰਸ ਹਾਈ ਕਮਾਂਡ ਪੰਜਾਬ ਦੇ ਬਾਰੇ ਵੀ ਕੋਈ ਫੈਸਲਾ ਨਹੀਂ ਲੈਂਦੀ ਤਾਂ ਜਿਹੜੇ ਜਦੋਂ ਆ ਵਿਧਾਨ ਸਭਾ ਦਾ ਹੁਣੇ ਹੋ ਕੇ ਹਟਿਆ ਜਿਹੜਾ ਸੈਸ਼ਨ, ਇਹਦੇ ਵਿੱਚ ਜਿਹੋ ਜਿਹੀਆਂ ਵਿਰੋਧੀ ਸੁਰਾਂ ਜਿਹੜੀਆਂ ਕਾਂਗਰਸ ਦੇ ਅੰਦਰੋਂ ਦਿਸੀਆਂ ਨੇ ਉਹ ਵੱਡੀਆਂ ਹੋ ਸਕਦੀਆਂ ਨੇ। ਇਹ ਵੱਡੀਆਂ ਜਿਹੜੀਆਂ ਦੀ ਇਸ ਤਰੀਕੇ ਨਾਲ ਹੋ ਸਕਦੀਆਂ ਨੇ ਕਿ ਇਹ ਯੂਨਾਈਟ ਹੋ ਕੇ ਕਾਂਗਰਸ ਹਾਈ ਕਮਾਂਡ ਦੇ ਉੱਤੇ ਪ੍ਰੈਸ਼ਰ ਜਿਹੜਾ ਦੀ ਉਹ ਬਣਾ ਸਕਦੇ ਆ, ਪ੍ਰੈਸ਼ਰ ਪਾ ਸਕਦੇ ਆ। ਕੁਛ ਵੀ ਜਿਹੜਾ ਜੀ ਹੋਵੇ, ਹਾਲਾਤ ਇਹ ਬਣੇ ਹੋਏ ਆ ਕਿ ਕਾਂਗਰਸ ਤੇ ਜਿਹੜਾ ਜੀ ਅੱਗੇ ਜਿਹੜਾ ਦੀ ਟੋਆ ਤੇ ਪਿੱਛੇ ਖੂਹ ਵਾਲੀ ਗੱਲ ਜਿਹੜੀ ਉਹ ਬਣੀ ਹੋਈ ਆ। ਕਾਂਗਰਸ ਦੀਆਂ ਆਪਹੁਦਰੀਆਂ ਜਿਹੜੀ ਬੁੱਢੀ ਲੀਡਰਸ਼ਿਪ ਆ ਜੀ ਉਹਦੇ ਵੱਲੋਂ ਕਿਸੇ ਨਵੇਂ ਨੂੰ ਮੂਹਰੇ ਨਾ ਆਉਣ ਦੇਣਾ ਤੇ ਜਿਹੜੇ ਉਹ ਸਾਰਾ ਕੁਛ ਆ ਜੀ ਦਾਰੋ ਮਦਾਰ ਉਹ ਗਾਂਧੀ ਪਰਿਵਾਰ ਦੇ ਉੱਤੇ ਰੱਖਣਾ ਕਾਂਗਰਸ ਦੇ ਮੌਜੂਦਾ ਹਾਲਾਤਾਂ ਦੇ ਵਾਸਤੇ, ਇਹ ਜਿਹੜੀਆਂ ਕੁਛ ਚੀਜ਼ਾਂ ਉਹ ਜ਼ਿੰਮੇਵਾਰ ਕਹੀਆਂ ਜਾ ਸਕਦੀਆਂ। ਬਿਲਕੁਲ ਜੀ ਬਿਲਕੁਲ, ਬਹੁਤ ਉਥਲ ਪੁਥਲ ਹੋ ਰਹੀ ਹੈ। ਤੇ ਕਿ ਕਰੋਨਾ ਵਾਇਰਸ ਦੀ ਜੇ ਗੱਲ ਕਰੀਏ, ਹੋਲੀ ਦਾ ਵੀ ਤਿਉਹਾਰ ਸੀ, ਉਸ ਤੇ ਵੀ ਹੋਰ ਕਿੰਨਾ ਕੁ ਅਸਰ ਪਿਆ? ਕਾਫੀ ਜਿਹੜਾ ਦੀ ਉਹ ਅਸਰ ਵੇਖਣ ਨੂੰ ਮਿਲਿਆ, ਲੋਕ ਡਰੇ ਰਹੇ ਕਿਉਂਕਿ ਇੱਕ ਗੱਲ ਤਾਂ ਵੱਡੇ ਤੌਰ ਦੇ ਉੱਤੇ ਜਿਹੜੀ ਚੱਲਦੀ ਸੀ ਕਿ ਜਿਹੜੇ
ਰੰਗ ਨੇ, ਪਿਚਕਾਰੀਆਂ ਨੇ, ਸਾਰਾ ਕੁਛ ਇਹ ਚਾਈਨਾ ਤੋਂ ਹੀ ਉਹ ਆਉਂਦਾ। ਹਾਲਾਂਕਿ ਸੇਲਰ ਤੇ ਦੁਕਾਨ ਬਥੇਰਾ ਜਿਹੜਾ ਉਹ ਕਹਿੰਦੇ ਰਹੇ ਜੀ ਕਿ ਇਹ ਰੰਗ ਪਿਚਕਾਰੀਆਂ ਅਸੀਂ ਉਦੋਂ ਲਿਆਂਦੀਆਂ ਨੇ ਜਦੋਂ ਅਜੇ ਕਰੋਨਾ ਵਾਇਰਸ ਨਹੀਂ ਸੀ ਆਇਆ, ਇਹਦਾ ਅਸਰ ਇਸ ਕਰਕੇ ਇਹਦੇ ਉੱਤੇ ਨਹੀਂ ਹੈਗਾ। ਪਰ ਇਹ ਗੱਲਾਂ ਜਿਹੜੀਆਂ ਸੀਗੀਆਂ ਜੀ, ਲੋਕਾਂ ਦੇ ਮਨਾਂ ਦੇ ਵਿੱਚੋਂ ਡਰ ਜਿਹੜਾ ਉਹ ਕੱਢ ਨਹੀਂ ਸਕੀਆਂ, ਤੇ ਬਹੁਤ ਫਿੱਕਾ ਜਿਹੜਾ ਉਹ ਰਿਹਾ। ਕੁਛ ਜਿਹੜੀਆਂ ਵੱਡੀਆਂ ਮੈਟਰੋ ਸਿਟੀਜ਼ ਨੇ ਉੱਥੋਂ ਤੱਕ ਹੀ ਬਹੁਤਾ ਸੀਮਿਤ ਜਿਹੜਾ ਉਹ ਰਹਿ ਗਿਆ, ਨਹੀਂ ਤਾਂ ਜੋ ਹੜਦੰਗ ਜਿਹੜਾ ਉਹ ਮੱਚਦਾ ਹੁੰਦਾ ਗਲੀਆਂ ਦੇ ਵਿੱਚ, ਉਹੋ ਜਿਹਾ ਨਹੀਂ ਜਿਹੜਾ ਉਹ ਮਚਿਆ। ਦੇਸ਼ ਦੇ ਵਿੱਚ ਹੁਣ ਤੱਕ 61 ਮਾਮਲੇ ਹੋ ਗਏ ਜੀ ਕੋਰੋਨਾ ਵਾਇਰਸ ਦੇ, 24 ਘੰਟਿਆਂ ਦੇ ਵਿੱਚ 14 ਨਵੇਂ ਮਾਮਲੇ ਸਾਹਮਣੇ ਜਿਹੜੇ ਆ ਜੀ ਉਹ ਆਏ ਆ। ਪਹਿਲੀ ਵਾਰੀ ਮਰੀਜ਼ਾਂ ਦੇ ਇਲਾਜ ਦੇ ਵਾਸਤੇ ਐਂਟੀ HIV ਦਵਾਈਆਂ ਦਾ ਇਸਤੇਮਾਲ ਜਿਹੜਾ ਉਹ ਕੀਤਾ ਜਾ ਰਿਹਾ। ਸਭ ਤੋਂ ਵੱਧ ਕੇਸ ਜਿਹੜੇ ਆ ਜੀ ਉਹ ਰਾਜਸਥਾਨ ਦੇ ਜੈਪੁਰ ਦੇ ਵਿੱਚ ਆਇਆ, ਜਿੱਥੇ 16 ਮਰੀਜ਼ ਇਟਲੀ ਤੋਂ ਆਏ ਸੀਗੇ, ਇਟਾਲੀਅਨ ਨੇ ਇਹ, ਤੇ ਇੱਕ ਡਰਾਈਵਰ ਜਿਹੜਾ ਉਹ ਭਾਰਤੀ ਸੀਗਾ ਉਹ ਆ। ਔਰ ਦੂਜੇ ਸਭ ਤੋਂ ਵੱਧ ਕੇਸ ਜਿਹੜੇ ਉਹ ਕੇਰਲਾ ਦੇ ਵਿੱਚ ਨੇ, ਜਿੱਥੇ 14 ਕੇਸ ਹੁਣ ਤੱਕ ਜਿਹੜੇ ਉਹ ਡਿਟੈਕਟ ਹੋ ਚੁੱਕੇ ਆ ਜੀ। ਔਰ ਇਹ ਇਹਨਾਂ ਦੇ ਵਿੱਚ ਜਿਹੜੇ ਬਹੁਤੇ ਨਾਗਰਿਕ ਨੇ ਇਰਾਨ ਤੋਂ ਜਿਹੜੇ ਜੀ ਆਏ ਨੇ ਕੁਛ ਜਿਹੜਾ ਜੀ, ਜਾਂ ਇਟਲੀ ਤੋਂ ਆਏ ਹੋਏ ਜਿਹੜਾ ਉਹ ਦੱਸੇ ਜਾ ਰਹੇ ਨੇ। ਔਰ ਜਿਹੜਾ ਕੇਰਲਾ ਜੀ ਉੱਥੇ ਤਾਂ ਥੀਏਟਰ ਵਗੈਰਾ ਜਿਹੜੇ ਉਹ 31 ਤਰੀਕ ਤੱਕ ਬੰਦ ਕਰ ਦਿੱਤੇ ਗਏ ਆ ਜੀ, ਭਾਵ ਕਿ ਕੋਈ ਜਿਹੜਾ ਸਿਨੇਮਾ ਉਹ ਨਹੀਂ ਜਿਹੜਾ ਜੀ ਉਹ ਚੱਲੂਗਾ। ਔਰ ਜਿੰਨੇ ਵੀ ਵਿਦੇਸ਼ ਚੋਂ ਆਉਣ ਵਾਲੇ ਨੇ 30 ਏਅਰਪੋਰਟ ਨੇ, ਇਹਨਾਂ ਸਾਰਿਆਂ ਦੇ ਉੱਤੇ ਜਿਹੜੇ ਨੇ ਉਹਨਾਂ ਦੀ ਸਕਰੀਨਿੰਗ ਕੀਤੀ ਜਿਹੜੀ ਉਹ ਜਾ ਰਹੀ ਹੈ। ਹੋਲਾ ਮਹੱਲਾ ਸੀਗਾ ਜੀ, ਹੋਲੇ ਮਹੱਲੇ ਦੇ ਉੱਤੇ ਵੀ ਇਹਦਾ ਅਸਰ, 50% ਤੋਂ ਵੀ ਘੱਟ ਲੋਕ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਜਿੰਨੇ ਆਉਂਦੇ ਆ ਉਹ ਇਸ ਵਾਰੀ ਇਸ ਹੋਲੇ ਮਹੱਲੇ ਦੇ ਉੱਤੇ ਜਿਹੜਾ ਉਹ ਗਏ। ਇਹਦਾ ਡਰ ਜਿਹੜਾ ਸੀਗਾ ਜੀ ਉਹ ਜ਼ਰੂਰ ਥਾਂ ਥਾਂ ਦੇ ਉੱਤੇ ਵੇਖਣ ਨੂੰ ਜਿਹੜਾ ਉਹ ਮਿਲ ਰਿਹਾ। ਪਰ ਜਿਹੜਾ ਉਹ ਸਵਾਲ ਇਹੀ ਆ ਕਿ ਜਿਹੜਾ ਇਹਦਾ ਅਸਰ ਜਿਹੜਾ ਉਹ ਕਿੰਨਾ ਕੁ ਆਉਣ ਵਾਲੇ ਦਿਨਾਂ ਦੇ ਦੌਰਾਨ ਪੈਂਦਾ, ਜਿਵੇਂ ਇਹ ਕੇਸ ਵੱਧ ਰਹੇ ਆ ਉਹ ਇੱਕ ਵੱਡੀ ਫਿਕਰਮੰਦੀ ਹੈ ਜੀ। ਤੇ ਅਗਲੀ ਗੱਲ ਕਰਦੇ ਹਾਂ ਚੰਡੀਗੜ੍ਹ ਏਅਰਪੋਰਟ ਦੀ, ਉਹਨੇ ਸਰਵਿਸਿਜ਼ ਤਾਂ ਬਹੁਤ ਵਧੀਆ ਦਿੱਤੀਆਂ, ਸੇਵਾਵਾਂ ਬਹੁਤ ਵਧੀਆ ਦਿੱਤੀਆਂ, ਇਸ ਕਰਕੇ ਉਹਨਾਂ ਨੂੰ ਅਵਾਰਡ ਵੀ ਮਿਲ ਗਿਆ। ਪਰ ਬਹੁਤ ਸਾਰੀ ਆ ਜਿਹੜੀਆਂ ਇੰਟਰਨੈਸ਼ਨਲ ਜਿਹੜੀਆਂ ਏਅਰਲਾਈਨਸ ਆ ਉਹ ਨਹੀਂ ਆਉਂਦੀਆਂ ਉੱਥੇ। ਐਕਚੁਲੀ ਇਸ ਮਾਮਲੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਜਿਹੜਾ ਉਹ ਬਥੇਰੇ ਵਾਰੀ ਬੋਲਿਆ, ਇੱਥੋਂ ਤੱਕ ਬੋਲ ਦਿੱਤਾ ਕਿ ਜੇ ਤੁਸੀਂ ਇੱਥੇ ਇੰਟਰਨੈਸ਼ਨਲ ਫਲਾਈਟ ਹੀ ਜਿਹੜੀਆਂ ਉਹ ਨਹੀਂ ਲਿਆਉਣੀਆਂ ਚਾਹੁੰਦੇ, ਤੇ ਜਿਹੜੀਆਂ ਜ਼ਮੀਨਾਂ ਤੁਸੀਂ ਕਿਸਾਨਾਂ ਦੀਆਂ ਲਈਆਂ ਸੀ ਏਅਰਪੋਰਟ ਇੰਟਰਨੈਸ਼ਨਲ ਏਅਰਪੋਰਟ ਬਣਾਉਣ ਨੂੰ, ਉਹ ਵਾਪਸ ਕਰ ਦਿਓ। ਇੱਥੋਂ ਤੱਕ ਜਿਹੜਾ ਉਹ ਕੀਤਾ। ਪਰ ਇੱਕ ਬਹੁਤ ਵੱਡਾ ਮਾਫੀਆ ਹੈ ਜੀ ਇਹਦੇ ਪਿੱਛੇ, ਉਹ ਟਰਾਂਸਪੋਰਟ ਮਾਫੀਆ ਵੀ ਹੈ, ਉਹ ਵੱਖ ਵੱਖ ਬਿਜ਼ਨਸ ਵਾਲਾ ਮਾਫੀਆ ਹੈ। ਜਿਉਂ ਤੁਸੀਂ ਇੱਥੋਂ ਜਿਹੜਾ ਉਹ ਕਰੋਸ ਕਰ ਦਿਓ ਪੰਜਾਬ ਦਾ ਜਿਹੜਾ ਸਰਹੱਦ ਹੈ ਜੀ, ਤੇ ਦਿੱਲੀ ਦੀ ਸਰਹੱਦ ਤੱਕ ਜਾਂਦਿਆਂ ਆਲੇ ਦੁਆਲੇ ਜਿਹੜਾ ਉਹ ਕਦੀ ਦੇਖਣਾ ਕਿੰਨਾ ਬਿਜ਼ਨਸ ਜਿਹੜਾ ਹੈ ਇਹ ਏਡਾ ਵੱਡਾ ਜਿਹੜਾ ਉਹ ਮਾਫੀਆ ਉਹ ਪੰਜਾਬ ਦੇ ਵਿੱਚ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਉਹ ਕਿਉਂ ਆਉਣ ਦੇਊਗਾ, ਇਹ ਵੱਡਾ ਜਿਹੜਾ ਉਹ ਸਵਾਲ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਹਰ ਤਰੀਕੇ ਦੇ ਨਾਲ ਤੁਸੀਂ ਕਹਿ ਲਓ ਕਿ ਪਰਫੈਕਟ ਹੈ ਇੰਟਰਨੈਸ਼ਨਲ ਫਲਾਈਟ ਦੇ ਵਾਸਤੇ। ਇਹ ਜਿਹੜੀਆਂ ਵੱਖ ਵੱਖ ਕੈਟਾਗਰੀਜ਼ ਨੇ, 4 ਕੈਟਾਗਰੀਜ਼ ਨੇ ਜਿਹਦੇ ਵਿੱਚ ਵੱਡੇ ਏਅਰਪੋਰਟ ਦੇ ਜਿਹੜੇ ਨੇ ਭਾਰਤ ਦੇ ਉਹ ਵੀ ਸ਼ਾਮਿਲ ਸੀ, ਉਹਨਾਂ ਨੂੰ ਪਛਾੜ ਕੇ ਇਹ ਜਿਹੜੇ ਅਵਾਰਡ ਦਿੱਤੇ ਆ ਚੰਡੀਗੜ੍ਹ ਨੇ। ਇਹਦੇ 'ਚ ਮੈਂਗਲੁਰੂ, ਤ੍ਰਿਵੇਂਦਰਮ ਅਤੇ ਲਖਨਊ ਏਅਰਪੋਰਟ ਤੱਕ ਜਿਹੜੇ ਉਹ ਸ਼ਾਮਿਲ ਨੇ। ਇਹ ਬੈਸਟ ਏਅਰਪੋਰਟ ਸਾਈਜ਼ ਰੀਜਨ, ਬੈਸਟ ਇਨਵਾਇਰਮੈਂਟ ਜਿਹੜਾ ਉਹ ਬੈਸਟ ਕਸਟਮਰ ਸਰਵਿਸਿਸ, ਬੈਸਟ ਇਨਫਰਾਸਟਰਕਚਰ ਜਿਹੜੇ ਉਹ ਇਹਦੇ ਵਿੱਚ ਸ਼ਾਮਿਲ ਨੇ। ਕੌਂਸਲ ਦੇ ਵੱਲੋਂ ਪੈਸੰਜਰ ਫੀਡਬੈਕ ਦੇ ਆਧਾਰ ਦੇ ਉੱਤੇ ਇਹ ਅਵਾਰਡ ਜਿਹੜਾ ਉਹ ਚੰਡੀਗੜ੍ਹ ਨੂੰ ਦਿੱਤਾ ਗਿਆ। ਜਿਹੜੀ ਕੌਂਸਲ ਹੈਗੀ ਇਹ ਏਅਰਪੋਰਟ ਏਅਰਪੋਰਟ ਕੌਂਸਲ ਇੰਟਰਨੈਸ਼ਨਲ ਜਿਹੜਾ ਉਹਨੇ ਇਹ ਅਵਾਰਡ ਦਿੱਤੇ ਆ ਜੀ। ਇਹਦੇ ਵਿੱਚ 33 ਪੈਰਾਮੀਟਰ ਜਿਹੜੇ ਨੇ ਉਹਨਾਂ ਦੇ ਉੱਤੇ ਸਰਵੇ ਕੀਤਾ ਜਾਂਦਾ। ਚੰਡੀਗੜ੍ਹ ਨੂੰ ਇਹ ਅਵਾਰਡ ਇੱਥੇ ਵੱਧ ਰਹੀਆਂ ਫਲਾਈਟ, ਉਹਦੇ ਤੋਂ ਵੱਧ ਰਹੇ ਬਿਜ਼ਨਸ ਦੇ ਨਾਲ ਨਾਲ ਜਿਹੜੇ ਪੈਸੰਜਰ ਨੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ, ਇਹ ਤੋਂ ਇਲਾਵਾ ਡੋਮੈਸਟਿਕ ਤੇ ਇੰਟਰਨੈਸ਼ਨਲ ਏਰੀਆ ਦੇ ਵਿੱਚ ਬਿਜ਼ਨਸ ਲਾਉਣ ਜਿਹੜੀ ਉਹ ਉੱਥੇ ਮਿਲ ਰਹੀਆਂ ਸਰਵਿਸਿਸ, ਸੀਨੀਅਰ ਸਿਟੀਜ਼ਨ ਦੇ ਵਾਸਤੇ ਐਕਸਕਲੂਸਿਵ ਸਿਟਿੰਗ ਅਰੇਂਜਮੈਂਟ ਜਿਹੜਾ ਐਂਟਰੀ ਤੇ ਐਗਜ਼ਿਟ ਪੁਆਇੰਟ ਦੇ ਉੱਤੇ ਜਿਹੜੀਆਂ ਟਰੋਲੀਜ਼ ਵਗੈਰਾ ਨੇ ਉਹ ਇਹਦੇ ਵਿੱਚ ਕਾਊਂਟ ਹੁੰਦੀਆਂ ਨੇ। ਡਿਪਾਰਚਰ ਤੇ ਅਰਾਈਵਲ ਏਰੀਆ ਦੇ ਵਿੱਚ ਨੈਸ਼ਨਲਾਈਜ਼ ਬੈਂਕਾਂ ਦੇ ATM ਜਿਹੜੇ ਉਹ ਹੋਣੇ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਦੇ ਵੱਲੋਂ ਨਿਊ ਫਲਾਈਟ
ਇਨਫੋਰਮੇਸ਼ਨ ਸਿਸਟਮ ਜਿਹੜਾ ਜੀ ਉੱਥੇ ਜਿਹੜੀਆਂ ਸਰਵਿਸ ਦਿੱਤੀਆਂ ਜਾ ਰਹੀਆਂ ਨੇ ਔਰ ਅਰਾਈਵਲ ਤੇ ਡਿਪਾਰਚਰ ਦੇ ਉੱਤੇ ਹੈਲਪ ਡੈਸਕ ਜਿਹੜੇ ਨੇ ਉਹ ਇਹਦੇ ਵਿੱਚ ਜਿਹੜਾ ਸ਼ਾਮਿਲ ਕੀਤੇ ਗਏ ਆ ਜੀ। ਘੱਟ ਸਮੇਂ ਦੇ ਵਿੱਚ ਐਂਟਰੀ, ਚੈੱਕ ਇਨ, ਸਕਿਉਰਿਟੀ ਤੇ ਬੋਰਡਿੰਗ ਜਿਹੜੀ ਆ ਜੀ ਬਹੁਤ ਘੱਟ ਸਮੇਂ ਦੇ ਵਿੱਚ ਇੱਥੇ ਹੁੰਦੀ ਹੈ। ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਜੀ ਉਹ ਇਹਨੂੰ ਅਵਾਰਡ ਮਿਲੇ ਆ। ਜੇ ਇੰਨਾ ਕੁਛ ਜਿਹੜੇ ਇਹ ਚਾਰ ਅਵਾਰਡ ਨੇ ਜੀ ਚਾਰੇ ਦੇ ਚਾਰੇ ਚੰਡੀਗੜ੍ਹ ਨੂੰ ਮਿਲੇ ਆ ਔਰ ਚੰਡੀਗੜ੍ਹ ਪਹਿਲੇ ਨੰਬਰ ਦੇ ਉੱਤੇ ਰਿਹਾ 2 ਤੋਂ 5 ਮਿਲੀਅਨ ਪੈਸੰਜਰ ਜਿੱਥੇ ਜਿਹੜਾ ਜੀ ਉਹ ਆਉਂਦੇ ਆ। ਜੇ ਇਹ ਚਾਰੇ ਦੇ ਚਾਰੇ ਅਵਾਰਡ ਦੇ ਵਿੱਚ ਮੁਲਕ ਦੇ ਜਿਹੜੇ ਵੱਡੇ ਏਅਰਪੋਰਟ ਨੇ ਉਹਨਾਂ ਨੂੰ ਪਛਾੜ ਕੇ ਚੰਡੀਗੜ੍ਹ ਜਿਹੜਾ ਜੀ ਉਹ ਮੂਹਰੇ ਆਇਆ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਇੰਟਰਨੈਸ਼ਨਲ ਜਿਹੜੀਆਂ ਫਲਾਈਟ ਨੇ ਉਹਨਾਂ ਨੂੰ ਸੰਭਾਲ ਨਹੀਂ ਸਕਦਾ। ਪਰ ਪ੍ਰੋਬਲਮ ਉੱਥੇ ਜਿਹੜੀ ਸਭ ਤੋਂ ਵੱਡੀ ਇਹੀ ਆਉਂਦੀ ਹੈ ਕਿ ਜਿਹੜਾ ਮਾਫੀਆ ਹੈ ਉਹ ਕਦੋਂ ਜਿਹੜਾ ਜੀ ਇਹ ਗੱਲ ਮੰਨੂਗਾ ਕਿ ਚੰਡੀਗੜ੍ਹ ਜਿਹੜਾ ਜੀ ਉਹ ਬੈਸਟ ਹੈ ਤੇ ਇੱਥੇ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਵਰਗੇ ਮੁਲਕ ਜਿੱਥੇ ਪੰਜਾਬੀ ਬਹੁਤ ਗਿਣਤੀ 'ਚ ਰਹਿੰਦੇ ਆ ਉੱਥੋਂ ਫਲਾਈਟ ਇੱਥੇ ਆ ਸਕਦੀ। ਬਿਲਕੁਲ ਜੀ, ਨਹੀਂ ਤਾਂ ਹੱਟੀਆਂ ਬੰਦ ਹੋ ਜਾਣੀਆਂ, ਰਾਹਾਂ ਦੇ ਢਾਬੇ ਬੰਦ ਹੋ ਜਾਣੇ, ਹੈ ਨਾ। ਅਤੇ ਅਖੀਰ ਦੇ ਵਿੱਚ ਕਰੋਨਾ ਵਾਇਰਸ ਦੀ ਫਿਰ ਗੱਲ ਕਰੀਏ, ਉਸ ਨੂੰ ਲੈ ਕੇ ਕਹਿੰਦੇ ਕਿ ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹ ਗਏ ਆ, ਕੀ ਕੋਈ ਨੋਟਿਸ ਵੀ ਲੈ ਰਿਹਾ? ਨਹੀਂ ਜਿਹੜਾ ਜੀ ਉਹ ਲਿਆ ਜਾ ਰਿਹਾ। ਦੇਖੋ ਇਹ ਸੂਬਿਆਂ ਦੇ ਉੱਤੇ ਆਧਾਰਿਤ ਹੁੰਦਾ, ਸ਼ਹਿਰਾਂ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਉੱਤੇ ਇਹ ਨਿਰਭਰ ਕਰਦਾ ਹੁੰਦਾ ਕਿ ਉਹ ਨੋਟਿਸ ਕਿੰਨਾ ਜਿਹੜਾ ਜੀ ਕਿਹੜੀ ਚੀਜ਼ ਦਾ ਲੈ ਰਹੇ ਆ। ਇੱਥੇ ਸਕੂਲਾਂ ਦੇ ਵਿੱਚ ਜਿਹੜੇ ਨਿਆਣੇ ਆ ਜੀ ਉਹਨਾਂ ਨੂੰ ਇਹ ਕੰਪਲਸਰੀ ਕਰ ਦਿੱਤਾ ਗਿਆ ਜੀ ਕਿ ਉਹ ਮਾਸਕ ਵੀ ਲੈ ਕੇ ਆਉਣ ਤੇ ਸੈਨੇਟਾਈਜ਼ਰ ਵੀ ਲੈ ਕੇ ਜਿਹੜਾ ਜੀ ਉਹ ਆਉਣ। ਹੁਣ ਇਹ ਚੀਜ਼ਾਂ ਜਿਹੜੇ ਦੇਖੋ ਜਿਹੜਾ ਸ਼ਹਿਰੀ ਤਬਕਾ ਹੈ ਜਿਹੜਾ ਜੀ ਉਹਨਾਂ ਦੇ ਵਾਸਤੇ ਤਾਂ ਇਹ ਚੀਜ਼ਾਂ ਆਮ ਨੇ। ਜਿਹੜੇ ਆਮ ਜਿਹੜੇ ਲੋਕ ਨੇ ਉਹਨਾਂ ਨੇ ਇਹ ਕਦੀ ਚੀਜ਼ਾਂ ਵਰਤੀਆਂ ਨਹੀਂ। ਜਦੋਂ ਵਰਤੀਆਂ ਨਹੀਂ ਤੇ ਉਹ ਇਹਨਾਂ ਦੀ ਡਿਮਾਂਡ ਇੱਕਦਮ ਵੱਧ ਗਈ। ਅੱਗੇ ਵੀ ਇੱਕ ਦਿਨ ਗੱਲ ਕੀਤੀ ਕਿ ਹੋਲਸੇਲ ਦੇ ਵਿੱਚ ਜਿਹੜੀ 1 ਰੁਪਈਏ ਤੋਂ ਲੈ ਕੇ 3 ਰੁਪਈਏ ਤੱਕ ਮਾਸਕ ਹੋਲਸੇਲ ਦੇ ਵਿੱਚ ਆਉਂਦਾ ਸੀਗਾ ਉਹ 30 ਰੁਪਈਏ ਤੱਕ ਜਿਹੜਾ ਜੀ ਉਹ ਪਹੁੰਚ ਗਿਆ। ਜਦੋਂ ਹੋਲਸੇਲ ਦੇ ਵਿੱਚ 30 ਰੁਪਈਏ ਤੱਕ ਜਿਹੜਾ ਜੀ ਉਹ ਪਹੁੰਚ ਗਿਆ ਉਹਦਾ ਜਿਹੜਾ ਬਾਕਸ ਸੀਗਾ ਤੇ ਇੱਕ ਨਹੀਂ ਬਾਕਸ ਜਿਹੜਾ ਜੀ ਜਦੋਂ ਉੱਥੇ ਤੱਕ ਪਹੁੰਚ ਗਿਆ ਤੇ ਫਿਰ ਰੀਟੇਲ ਦੇ ਵਿੱਚ ਇਹਦੇ ਜਿਹੜੇ ਜੀ ਉਹ ਭਾਅ ਵਧਣੇ ਸੀਗੇ। ਰੀਟੇਲ ਦੇ ਵਿੱਚ ਮਨਮਰਜ਼ੀ ਦਾ ਭਾਅ ਜਿਹੜਾ ਜੀ ਉਹ ਕੈਮਿਸਟ ਜਿਹੜੀਆਂ ਸ਼ਾਪਸ ਨੇ ਉਹਨਾਂ ਦੇ ਵੱਲੋਂ ਲਿਆ ਜਾ ਰਿਹਾ। ਇੱਥੋਂ ਤੱਕ ਜਿਹੜਾ ਜੀ ਕਿ ਜਿਹੜੇ ਸੈਨੇਟਾਈਜ਼ਰ ਨੇ ਉਹ ਜਿਹੜੇ ਨੇਮ ਬ੍ਰੈਂਡ ਨਹੀਂ, ਬਿਨਾਂ ਜਿਹੜੇ ਨੇਮ ਤੋਂ ਵੱਡੀ ਮਾਤਰਾ ਦੇ ਵਿੱਚ ਬਣਾ ਕੇ ਮਾਰਕੀਟ ਦੇ ਵਿੱਚ ਸੁੱਟੇ ਗਏ ਆ। ਔਰ ਲੋਕ ਜਿਹੜਾ ਜੀ ਉਹਨਾਂ ਨੂੰ ਹੁਣ ਆਮ ਬੰਦੇ ਨੂੰ ਕੀ ਪਤਾ ਕਿ ਸੈਨੇਟਾਈਜ਼ਰ ਜਿਹੜਾ ਜੀ ਉਹ ਕਿਹੜਾ ਸਹੀ ਹੋ ਸਕਦਾ, ਕਿਹੜੀ ਕੰਪਨੀ ਦਾ ਜਿਹੜਾ ਜੀ ਉਹ ਹੋ ਸਕਦਾ। ਉਹ ਉਂਝ ਹੀ ਤੁਸੀਂ ਹੈਰਾਨ ਹੋਵੋਗੇ ਕਿ ਇੱਥੇ ਕੇਨੀਆਂ ਦੇ ਵਿੱਚ ਜਿਹੜਾ ਜੀ ਉਹ ਪਾ ਕੇ ਉਹਦੇ ਵਿੱਚੋਂ ਕੱਢ ਕੱਢ ਕੇ ਜਿਹੜਾ ਜੀ ਉਹ ਵੇਚਿਆ ਜਾ ਰਿਹਾ। ਉਹਦੇ 'ਚ ਕੀ ਪਾਇਆ ਗਿਆ, ਕੀ ਨਹੀਂ ਪਾਇਆ ਗਿਆ, ਕਿਸੇ ਨੂੰ ਕੁਛ ਨਹੀਂ ਪਤਾ। ਸਭ ਤੋਂ ਮਾੜੀ ਗੱਲ ਜਿਹੜੀ ਇਹ ਆ ਜੀ ਕਿ ਇੱਕ ਪਾਸੇ ਜਿੱਥੇ ਸਾਰੇ ਜਗ੍ਹਾ ਕਾਲਰ ਟਿਊਨ ਜਿਹੜੀਆਂ ਜੀ ਉਹ ਲਾਤੀਆਂ ਕੋਰੋਨਾ ਵਾਇਰਸ ਤੋਂ ਬਚਣ ਦੇ ਵਾਸਤੇ, ਸਰਕਾਰ ਇਹ ਸਮਝਦੀ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਜੀ ਉਹ ਕਰਕੇ ਡਰਾਮੇਬਾਜ਼ੀਆਂ ਉਹ ਆਪਣੀ ਜ਼ਿੰਮੇਵਾਰੀ ਤੋਂ ਜਿਹੜੀ ਉਹ ਮੁਕਤ ਹੋ ਜਾਂਦੀ ਹੈ ਤੇ ਇਹ ਉਹਦਾ ਇੱਕ ਵਹਿਮ ਹੈ। ਜਿਹੜੀ ਲੋਕਾਂ ਦੀ ਇਹ ਲੁੱਟ ਹੋ ਰਹੀ ਹੈ, ਲੁੱਟ ਕਰਨ ਵਾਲੇ ਹੈਰਾਨੀਜਨਕ ਤਰੀਕੇ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਉਹ ਲੋਕ ਮੌਤ ਤੋਂ ਨਹੀਂ ਡਰ ਰਹੇ, ਕਿਉਂਕਿ ਇਸ ਵੇਲੇ ਵਿਸ਼ਵ ਡਰਾਇਆ ਪਿਆ ਕੋਰੋਨਾ ਵਾਇਰਸ ਨੇ ਕਿ ਜਿੱਥੇ ਇਹ ਆ ਗਿਆ ਉੱਥੇ ਪਤਾ ਨਹੀਂ ਕਿੰਨਾ ਕੁ ਜਾਨੀ ਨੁਕਸਾਨ ਹੋ ਸਕਦਾ। ਹੁਣ ਜਿਹੜੇ ਇਹ ਬਣਾਉਣ ਵਾਲੇ ਨੇ ਨਕਲੀ, ਉਹ ਇਹ ਸਮਝਦੇ ਆ ਕਿ ਸ਼ਾਇਦ ਉਹਨਾਂ ਨੂੰ ਜਿਹੜਾ ਜੀ ਉਹ ਕੋਰੋਨਾ ਵਾਇਰਸ ਦਾ ਕੋਈ ਡਰ ਨਹੀਂ ਗਾ, ਉਹ ਮਹਿਜ਼ ਪੈਸੇ ਕਮਾਉਣ ਤੱਕ ਜਿਹੜਾ ਜੀ ਉਹ ਸੀਮਤ ਨੇ, ਜਿਹਦੇ ਕਰਕੇ ਜਿਹੜਾ ਜੀ ਨਕਲੀ ਸਮਾਨ ਔਰ ਮਹਿੰਗਾ ਸਮਾਨ ਜਿਹੜਾ ਉਹਨਾਂ ਦੇ ਵੱਲੋਂ ਮਾਰਕੀਟ ਦੇ ਵਿੱਚ ਸੁੱਟ ਕੇ ਵੇਚਿਆ ਜਾ ਰਿਹਾ। ਇਹ ਸਮਝ ਕੇ ਕਿ ਆਹੀ ਦਿਨ ਨੇ ਲੋਕਾਂ ਦੀ ਜਿੰਨੀ ਚੰਮ ਲਾਈ ਜਾ ਸਕਦੀ ਹੈ ਉਹ ਲਾ ਲਓ। ਬਿਲਕੁਲ ਜੀ, ਅਵੇਅਰਨੈਸ ਬਹੁਤ ਘੱਟ ਦਿੱਤੀ ਜਾ ਰਹੀ ਆ, ਪਰ ਸਮਾਨ ਵੇਚਣ ਤੇ ਸਾਰੇ ਲੱਗੇ ਹੋਏ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।